ਐਕਮ ਸਲਾਮ ਜੀ ਪੁੱਤਰ ਜੀ ਕੀ ਹਾਲ ਹੈ ਅੱਲਾ ਦਾ ਸ਼ੁਕਰ ਸ਼ੁਕਰ ਹੈ ਚਾਹੀਦਾ ਕਹਿੰਦੇ ਨੇ ਕਿ 40-45 ਸਾਲ ਹੋ ਗਏ ਨੇ ਹਾਂਜੀ ਜਿਹੋ ਜਿਹੀ ਹਕੂਮਤ ਖਾਨ ਸਾਹਿਬ ਦੀ ਆਈ ਇੱਕ ਵੀ ਹਕੂਮਤ ਨਹੀਂ ਪਾਕਿਸਤਾਨ 'ਚ ਆਈ ਉਹ ਬਸ ਜੀ ਹਕੂਮਤ ਆ ਸਾਰੇ ਬਾਦਸ਼ਾਹ ਜੋ ਜਿਹਨਾਂ ਦੀ ਹਕੂਮਤ ਆਉਂਦੀ ਉਹ ਆਪਣੀ ਕਰਕੇ ਜਾਂਦੇ ਨੇ ਨਾ ਠੀਕ ਹੈ ਹੈਂ ਜਿਹੜਾ ਜਿਹੜਾ ਕਿਸੇ ਦੀ ਆਉਂਦੀ ਹੈ 5 ਸਾਲ ਕੱਢ ਕੇ ਜਾਂਦਾ ਨਾ ਕੋਈ ਮੰਦਾ ਕਰਦਾ ਕੋਈ ਚੰਗਾ ਹੁਣ ਸਾਡੇ ਗਰੀਬਾਂ ਦੀ ਕਾਹਦੀ ਜ਼ਿੰਦਗੀ ਇੱਥੇ ਨਾ ਕੋਈ ਰੇੜੀ ਲਾਉਣ ਦੇ ਨਾ ਛਲਕ ਦੇ ਨਾ ਕੋਈ ਗੱਲ ਨਾ ਗਵਾ ਐਂ ਹੁਣ ਘਰ ਉੱਠ ਕੇ ਨਿਕਲੇ ਗਏ ਬੱਚੇ ਕਿੱਥੋਂ ਆਹ ਉਹਨਾਂ ਪੇਟ ਪੂਰੇ ਕਰਦੇ ਹੈਂ ਆਹ ਕਿੱਥੋਂ ਪੇਟ ਪੂਰੇ ਕਰ ਨਿਕਲ ਗਏ ਬੱਚੇ ਨੇ ਨਾ ਕੋਈ ਰੇੜੀ ਲਾਉਣ ਦੇ ਐਸੇ ਨਾ ਕੋਈ ਗੱਲ ਨਾ ਪਾ ਉੱਥੇ ਲੈ ਜਾਓ ਉੱਧਰ ਲੈ ਜਾਓ ਉੱਧਰ ਵੈਸੇ ਹਾਲਾਤ ਠੀਕ ਚੱਲਦੇ ਨੇ ਪੈ ਨਹੀਂ ਪੁੱਤਰ ਹਾਲਾਤ ਕੋਈ ਨਹੀਂ ਐਵੇਂ ਗਰੀਬੀ ਹੈ ਬੜੀ ਮਾਰਦੀ ਹੈ ਬਈ ਹੁਣ आप अपने वक्त दे सारे ही चंगे ने भी अपने वक्त चंगा वो अपने वक्त चंगा इमरान खान अपने वक्त चंगा इमरान खान चंगा है सारे ही चंगे ने जेड़ा आज बादशाह सारे चंगे ने अही भैले आपे हो गए चलो सानू रेडी नहीं किसे लांदे नहीं ठीक है जी ਸ਼ਬਾਸ਼ ਸ਼ਰੀਫ ਆਂਦਾ ਕਿ ਅਗਲੇ ਇਲੈਕਸ਼ਨ ਚ ਪੀਟੀਆਈ ਨੂੰ ਪਾਕਿਸਤਾਨ ਚੋਂ ਜੀ ਖਤਮ ਕਰ ਦੇਣਾ ਹੋ ਜਾਣੀ ਚਾਹੀਦੀ ਹੈ ਉਹ ਕੀ ਪੀਡੀ ਕੀ ਹੁੰਦੀ ਹੈ ਇਮਰਾਨ ਖਾਨ ਦੀ ਜਮਾਤ ਜਿਹੜੀ ਨਹੀਂ ਨਹੀਂ ਉਹ ਪੁੱਤਰਾ ਮੁਕੱਦਰਾ ਆਪ ਆਪਣੇ ਦੇ ਆਉਣੇ ਉਹਨਾਂ ਠੀਕ ਹੈ ਆ ਉਹ ਆਪ ਆਪਣੇ ਮੁਕੱਦਰਾ ਇਹਨੇ ਆਵਾਮ ਨੇ ਬੜਾ ਜ਼ਲੀਲ ਕਰ ਛੜਿਆ ਉਹ ਹੋਰ ਅਗਲਾ ਇਹ ਤੂੰ ਵੀ ਵੱਧ ਆ ਜੇ ਕੋਈ ਤੇ ਫੇਰ ਕੀ ਕਰੇਗਾ ਤੂੰ ਤੇ ਮੈਂ ਠੀਕ ਹੈ ਹੈ ਮੈਨੂੰ ਆਂਦੇ ਨੇ ਅਹੀ ਅੱਗੋਂ ਆਉਣੇ ਤੇ ਤੁਰਕੀ ਤੋਂ ਚੰਗਾ ਪਾਕਿਸਤਾਨ ਇਹ ਮੇਰੇ ਪੁੱਤਰਾ ਕੋਈ ਪਤਾ ਨਹੀਂ ਅਗਲਾ ਖੁਰੇ ਤੂੰ ਵੀ ਆਖੇ ਤੁੰਨੋ ਇਹਨਾਂ ਨੂੰ ਅਗਲਾ ਵੀ ਆਖੇ ਤੁੰਨੋ ਇਹਨਾਂ ਨੂੰ ਠੀਕ ਹੈ ਹਾਂ ਖਾਨ ਸਾਹਿਬ ਵੀ ਤੁੰਦੇ ਨੇ ਪੈ ਸਾਰੇ ਤੁੰਦੇ ਨੇ ਅੰਗੂਰ ਦੇ ਲਈ ਦੇਓ ਅੰਗੂਰ ਨਹੀਂ ਖਾਨ ਸਾਹਿਬ ਜਿਹੜੇ ਨੇ ਅੱਛੀ ਹਕੂਮਤ ਕਰਦੇ ਨੇ ਕਿ ਨਹੀਂ ਮੇਰੇ ਪੁੱਤਰਾ ਮੈਂ ਇੱਕੋ ਅਰਜ਼ ਕੀਤੀ ਹੈ ਸਾਰੇ ਆਪ ਆਪਣੇ ਥਾਂ ਚੰਗੇ ਕਰਦੇ ਨੇ ਇਹ ਕਰੋਨਾ ਹੀ ਪਹਿਲਾਂ ਨਹੀਂ ਲੈਣਾ 5 ਸਾਲ ਮਗਰੋਂ ਹੋਰ ਤੇ ਕਿਧਰ ਆ ਗਿਆ 5 ਸਾਲ ਕਰੋਨਾ ਹੀ ਨੇ ਮੁਕਣਾ ਇੱਧਰ ਆਇਆ ਕਰੋਨਾ ਦੇ ਇੱਧਰ ਕਹਿੰਦੇ ਨੇ ਅਗਲੀ ਹਕੂਮਤ ਜਿਹੜੀ ਹੈ ਉਹ ਵੀ ਇਮਰਾਨ ਖਾਨ ਦੀ ਹੋਣੀ ਪੀਟੀਆਈ ਵਾਲਾ ਉਹ ਉਹਨਾਂ ਦੇ ਮੁਕੱਦਰ ਪੁੱਤਰਾ ਉਹਨਾਂ ਦੇ ਮੁਕੱਦਰ ਇਹ ਮੈਨੂੰ ਨਹੀਂ ਪਤਾ ਕੋਈ ਉਹਨਾਂ ਨੇ ਮੁਕੱਦਰ ਉਹਨਾਂ ਨਾਲ ਬਿਲਕੁਲ ਕਿਹੋ ਜਿਹਾ ਆ ਰਹੇ ਹੈ ਬਿੱਲ ਕਿੰਨੇ ਕੋ ਆ ਰਹੇ ਨੇ ਬਿੱਲ ਤੇ ਬੜੇ ਹੁੰਦੇ ਨੇ ਬੱਲੇ 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 ਪੁੱਤਰ ਇੱਕ ਇੱਕ ਦੋ ਦੇ ਪੱਖੇ ਲਾ 8-8 ਹਜ਼ਾਰ ਬਿੱਲ ਆ ਜਾਂਦਾ ਦੇ ਮਹੀਨੇ ਦਾ ਟੈਕਸ ਕਿੰਨਾ ਟੈਕਸ ਬੜੇ ਨੇ ਫਿਰ ਆ ਕੀ ਆ ਕਿ ਅਜੇ ਫਰਿੱਜ ਵੀ ਨਹੀਂ ਕੋਈ ਸ਼ਾਇਦ ਸਾਡੇ ਘਰ ਨਹੀਂ ਮਾਨਣਾ ਫਰਿੱਜ ਵੀ ਤੇ 9000 ਆ ਗਿਆ ਹਾਂ 9000 ਪੂਰਾ ਇੱਕ ਮਹੀਨੇ ਦਾ ਇੱਕ ਨਹੀਂ 2 ਮਹੀਨੇ 2 ਮਹੀਨੇ ਝੋਟਨੇ ਬੜਾ 2 ਮਹੀਨੇ ਆ 2 ਮਹੀਨੇ ਅਗੋ ਗੈਸ ਜਿਹੜੀ ਉਹ ਵੀ 35% ਵਧਾ ਰਹੇ ਨੇ ਚਲੋ ਉਹ ਉਹਨਾਂ ਦੀ ਮਰਜ਼ੀ ਹੈ ਇਹ ਉਹਨਾਂ ਗਰੀਬ ਛੱਡਣਾ ਕੋ ਨਹੀਂ ਨਹੀਂ ਖਾਨ ਸਾਹਿਬ ਨੇ ਗਰੀਬ ਨੂੰ ਹਉਤਾ ਖੜਨਾ ਹੈ ਆ ਗਰੀਬ ਛੱਡਣਾ ਹੀ ਨਹੀਂ ਖਰ ਛੱਡਣਾ ਤੇ ਆਵੇ ਮਰਨਾ ਆਪੇ ਗਰੀਬਾਂ ਨੇ ਜਦੋਂ ਲੱਭਣਾ ਕੱਖ ਕਰਨਾ ਨਹੀਂ ਹੁਣ ਹਰ ਬੰਦਾ ਭੁੱਖਾ ਮਰ ਰਿਹਾ ਜੇ ਕੋਈ ਫੈਕਟਰੀ ਜੇ ਕੋਈ ਕਿਤੇ ਵੇ ਪੂਰੀ ਨਹੀਂ ਕਰ ਪੈਣ ਲਈ ਆਟਾ ਚੌਲ ਨਿਕਲੇ ਕੇ ਬੱਚੇ ਦੀ ਫੀਸਾਂ ਪੂਰੀ ਨਹੀਂ ਪੈਦੀ ਆਵੇ ਉਹ ਤਾਂ ਅੰਦਰ ਗਰੀਬ ਖੁਸ਼ਹਾਲ ਹੋਣ ਡੈ ਪਿਆ ਆ ਬੱਲੇ 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 ਖੁਸ਼ਹਾਲ ਤੇ ਰੋਣ ਡੈ ਆ ਜੰਮਣ ਵਾਲਿਆਂ ਨੂੰ ਤਬਦੀਲੀ ਪਸੰਦ ਨਹੀਂ ਲੱਗਦਾ ਨਹੀਂ ਜੀ ਉਹ ਤਬਦੀਲੀ ਪਸੰਦ ਆਉਣੀ ਕਿਥੋਂ ਹੈ ਚਲੋ ਮਿਲ ਨਹੀਂ ਕੱਖ ਲਈ ਤਬਦੀਲੀ ਕਾ ਨਹੀਂ ਹੈ ਨਾ ਕਿ ਪਾਕਿਸਤਾਨ ਬਣਦਾ ਨਜ਼ਰ ਆ ਰਿਹਾ ਆ ਨਿਆ ਬਣ ਗਿਆ ਆ ਨਿਆ ਉਹ ਬਣਦਾ ਨਜ਼ਰ ਆਇਆ ਉਹ ਨਿਆ ਮਗਾਈ ਲੋ ਉਹ ਨਜ਼ਰ ਆ ਰਿਹਾ ਮਗਾਈ ਲੋ ਪਾਕਿਸਤਾਨ ਨਿਆ ਨਿਆ ਬਣ ਰਿਹਾ ਮਗਾਈ ਲੋ ਸਿਰਫ ਹਾਂ ਸਿਰਫ ਲੱਕਾ ਕਰਨਾ ਨਹੀਂ ਕੱਖ ਕਰਨਾ ਨਾ ਗੈਸ ਨਾ ਬਿਜਲੀ ਬਿੱਲ ਦੇ ਹੀ ਜਾਓ ਬਿੱਲ ਦੇ ਹੀ ਜਾਓ ਇਹਨਾਂ ਨੂੰ ਬਸ ਠੀਕ ਹੈ ਚਾਚਾ ਜੀ ਮਿਹਰਬਾਨੀ ਤੁਸੀਂ ਕਹਿੰਦੇ ਭਾਈ ਜਾਨ सारा कुछ किया पिछे जो अगे लगे ने खान आले ने इमरान खान तो सही करता जो करता है अल्लाह ही पुछेगा इमरान खान ही पुछेगा इमरान खान ही पुछेगा अल्लाह ही पुछेगा और जी खान साहब दी हुकूमत ने मैं तुई खुश हूं खुश हां जी हालात अच्छे चल रहे बिल्कुल ओनो की करे बेचारा कहंदे ने करदे काख ने सारा कुछ करदा पया कहंदे नून लीग वाले सब कुछ करदे ने वो जो करके ने करके ने ओनो एदी एदी हुकूमत आई है इनु भी देखो की करदा ਕੀ ਕੀਤਾ ਇਹਨਾਂ ਉਹ ਹੀ ਤਾਂ ਪੁੱਛਣਾ ਚਾਹ ਰਿਹਾ ਉਹ ਤਾਂ ਸਾਰਾ ਕੁਝ ਕਰਦਾ ਪਿਆ ਠੀਕ ਕਰਦਾ ਪਿਆ ਜੋ ਕਰਦਾ ਠੀਕ ਕਰਦਾ ਹਾਂ ਬਿਲਕੁਲ ਇਹ ਭਾਈ ਜਾਨ ਸਹੀ ਕਹਿੰਦੇ ਨੇ ਕਿ ਸਾਰਾ ਕੁਝ ਖਾਨ ਸਾਹਿਬ ਮੇਰੇ ਹਿਸਾਬ ਨਾਲ ਨਹੀਂ ਸਹੀ ਕਹਿ ਰਹੇ ਉਹ ਉਹਨਾਂ ਦੀ ਮਰਜ਼ੀ ਹੈ ਕਹਿੰਦੇ ਜੀ ਨਹੀਂ ਸਹੀ ਕਹਿੰਦੇ ਹੋਰ ਦੀ ਮਰਜ਼ੀ ਹੈ ਜੀ ਜਿੱਥੇ ਜਿੱਥੇ ਲੱਗਾ ਕੋਈ ਠੀਕ ਲੱਗਾ ਹੈ ਹਾਂਜੀ ਕੀ ਵਜ੍ਹਾ ਹੈ ਮੈਂ ਨਾ ਕਿ ਜੋ ਮਹਿੰਗਾਈ ਇਸ ਦੌਰ ਦੇ ਵਿੱਚ ਹੋਈ ਹੈ ਨਾ ਮਹਿਰਾ ਕਿਸੇ ਵੀ ਹਕੂਮਤ ਜ ਨਹੀਂ ਹੋਈ ਆ ਕਿਉਂਕਿ ਹਰ ਬੰਦਾ ਜਿਹੜਾ ਨਾ
गरीब तो लैके अमीर तक सारे जो लोग जो मजबूर होए हद तो ज़्यादा तंग होए हुए हैं। महंगाई अज कुछ कल कुछ है, इस वजह तो जरा हुकूमत बिल्कुल नाकाम है। हर दौर के अंदर ही महंगाई होंगी आई है? नहीं नहीं इन्नी नहीं महंगाई होंगी आई, क्योंकि मेरी भी 50 साल उम्र हो गई है, लेकिन मैं जिस तरह के हालात वेखे ना मैं नहीं देखे इस हालात नहीं देखे जिनी महंगाई है इस दौर हो रही है। जिस तरह के हालात होए ने इस मुल्क पहले लीडर आए ने जिन्होंने कौम जी शौर दिता है सीधे राज पर चलना सिखाया। नहीं 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 कोई शौर नहीं है, क्योंकि जिस मुल्क की आवाम खुशहाल नहीं वो कोई शौर नहीं। मुश्किल वक्त तो कोई भी कौम लंघ के फिर ही खुशहाल तरफ जाती है। ओ ठीक है ਤੁਹਾਡੇ ਦੀ ਗੱਲ ਹੈ। ਇਹਨਾਂ ਦੀ ਮਿਸਾਲ ਤਾਂ ਹੀ ਦੇਵੇ ਤੁਰਕੀ ਦੀ ਮਿਸਾਲ। ਹਾਂਜੀ ਉਹ ਠੀਕ ਹੈ ਗੱਲ ਹੈ ਉਹਨਾਂ ਦੀ, ਲੇਕਿਨ ਹੈ ਕਿ ਜਿਸਾਂ ਦੇ ਹਾਲਾਤ ਹੈ ਨਹੀਂ ਨਾ ਨਹੀਂ ਠੀਕ ਨਹੀਂ ਹੈ। ਹੈ ਨਹੀਂ ਬਿਲਕੁਲ ਹਕੂਮਤ ਬਿਲਕੁਲ ਜਿਹੜਾ ਨਾਕਾਮ ਹੈ ਜੀ। ਮਿਹਰਬਾਨੀ। ਹਾਂਜੀ ਹਾਂਜੀ ਸ਼ੁਕਰੀਆ ਮਿਹਰਬਾਨੀ।